ਟਾ ਟੀਵੀ ਯੂਐਸਏ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਵੱਡੀ ਖਬਰ ਤਰਨ ਤਰਨ ਅਧੀਨ ਆਉਂਦੇ ਪਿੱਖੀਵਿੰਡ ਦੇ ਇੱਕ ਪੈਲਸ ਤੋਂ ਲੈ ਕੇ ਹਾਜ਼ਰ ਹੋ ਰਿਹਾ ਜਿੱਥੇ ਚੱਲਦੇ ਵਿਆਹ ਸਮਾਗਮ ਦੇ ਵਿੱਚ ਜੀਜੇ ਵੱਲੋਂ ਆਪਣੇ ਸਾਲੇ ਦੀ ਦਸਤਾਰ ਉਤਾਰ ਕੇ ਉਸ ਦੀ ਬੇਅਦਬੀ ਕੀਤੀ ਗਈ ਜਿਸ ਬਾਬਤ ਪੀੜਤ ਵਿਅਕਤੀ ਵੱਲੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਥੇ ਉਸ ਵੱਲੋਂ ਦੱਸਿਆ ਗਿਆ ਕਿ ਉਸਦੇ ਅਤੇ ਉਸਦੇ ਜੀਜੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਅਣਬਣ ਚੱਲੀ ਆ ਰਹੀ ਸੀ ਜਿਸ ਬਾਬਤ ਚੱਲਦੇ ਹੋਏ ਉਸਦੇ ਵੱਲੋਂ ਉਸਦੇ ਜੀਜੇ ਵੱਲੋਂ ਵਿਆਹ ਸਮਾਗਮ ਵਿੱਚ ਆ ਕੇ ਉਸ ਸਮੇਂ ਉਸ ਦੀ ਦਸਤਾਰ ਲਾ ਦਿੱਤੀ ਗਈ ਜਿਸ ਮੈਂ ਉਹ ਛਾਮ 4 ਵਜੇ ਦੇ ਕਰੀਬ ਖਾਣਾ ਖਾ ਰਿਆ ਸੀ ਉਸ ਸਮੇਂ ਹੀ ਜੀਜੇ ਦਾ ਭਰਾ ਜੋ ਕਿ ਬਾਹਰ ਜੋਬਨਪ੍ਰੀਤ ਸਿੰਘ ਮੋਟਰਸਾਈਕਲ ਸਟਾਰਟ ਕਰਕੇ ਖੜਾ ਹੋਇਆ ਸੀ ਜੀਜੇ ਵੱਲੋਂ ਪਗ ਲਾ ਕੇ ਪੈਂਸ ਦੇ ਬਾਹਰ ਨਿਕਲ ਗਿਆ ਤੇ ਭਰਾ ਦੇ ਨਾਲ ਮੋਟਰਸਾਈਕਲ ਤੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਇਸ ਦੀ ਸ਼ਿਕਾਇਤ ਕਰਨ ਤੇ ਪੁਲਿਸ ਵੱਲੋਂ ਜੀਜੇ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਭਰਾ ਜੋਬਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਜਗਾ ਜਗਾ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਵਾਪਰੀ ਇਸ ਘਟਨਾ ਦੀ ਇਲਾਕੇ ਦੇ ਵਿੱਚ ਚਾਰੇ ਪਾਸੇ ਚਰਚਾ ਹੋ ਰਹੀ ਹੈ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ